ਇੱਕ ਹੋਰ ਗੁਰੂ ਘਰ ਦੇ ਵਿੱਚ ਬੇਦਬੀ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਸ਼ਖਸ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਹੈ, ਅਲਮਾਰੀ ਦੇ ਵਿੱਚੋਂ ਗੁਟਕਾ ਸਾਹਿਬ ਕੱਢਦਾ ਹੈ ਤੇ ਫਿਰ ਉਸਦੇ ਅੰਗ ਪਾੜ ਦਿੰਦਾ ਹੈ, ਜਿਸ ਨੂੰ ਇੱਕ ਸੇਵਾਦਾਰ ਦੇ ਵੱਲੋਂ ਦੇਖ ਲਿਆ ਜਾਂਦਾ ਹੈ ਤੇ ਤੁਰੰਤ ਹੀ ਇਸ ਸ਼ਖਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਖਸ ਪਹਿਲਾਂ ਵੀ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆਉਂਦਾ ਰਿਹਾ ਹੈ, ਸੇਵਾ ਵੀ ਕਰਦਾ ਰਿਹਾ ਹੈ, ਪਰ ਅਚਾਨਕ ਇਸ ਨੂੰ ਕੀ ਹੋਇਆ ਕਿ ਇਸ ਨੇ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਐਡਾ ਵੱਡਾ ਪਾਪ ਕਰ ਦਿੱਤਾ ਕਿ ਗੁਰੂ ਘਰ ਦੇ ਅੰਦਰ ਵੜ ਕੇ ਗੁਟਕਾ ਸਾਹਿਬ ਦੇ ਅੰਗ ਪਾੜ ਦਿੱਤੇ। ਸੇਵਾਦਾਰ ਉੱਥੇ ਮੌਜੂਦ ਸੀ, ਜਿਸ ਨੇ ਦੇਖ ਲਿਆ ਤੇ ਤੁਰੰਤ ਇਸ ਨੂੰ ਕਾਬੂ ਕਰ ਲਿਆ। ਇਸ ਵਿਅਕਤੀ ਦੀ ਪਹਿਚਾਣ ਕਰਮਜੀਤ ਸਿੰਘ ਦੇ ਵਜੋਂ ਹੋਈ ਹੈ, ਜੋ ਕਿ ਝਬਾਲ ਦਾ ਰਹਿਣ ਵਾਲਾ ਹੈ। ਮਾਮਲਾ ਤਰਨ ਤਾਰਨ ਦੇ ਇਤਿਹਾਸਿਕ ਗੁਰਦੁਆਰਾ ਦਾ ਹੈ, ਜਿੱਥੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਵਿਖੇ ਬੇਦਬੀ ਦੀ ਘਟਨਾ ਵਾਪਰੀ ਹੈ ਕਿ ਇੱਥੇ ਸੇਵਾ ਕਰਨ ਆਉਣ ਵਾਲਾ ਕਰਮਜੀਤ ਸਿੰਘ, ਜੋ ਕਿ ਗੁਰੂ ਘਰ 'ਚ ਪਹਿਲਾਂ ਵੀ ਆਉਂਦਾ ਰਿਹਾ ਹੈ, ਮੱਥਾ ਟੇਕਦਾ ਰਿਹਾ ਹੈ, ਸੇਵਾ ਕਰਦਾ ਰਿਹਾ ਹੈ, ਤਾਂ ਉਸਦੇ ਵੱਲੋਂ ਹੀ ਇਸ ਬੇਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਗੁਰੂ ਘਰ ਦੇ ਅੰਦਰ ਦਾਖਲ ਹੁੰਦਾ ਹੈ, ਕਿਉਂਕਿ ਇਹ ਪਹਿਲਾਂ ਵੀ ਗੁਰੂ ਘਰ 'ਚ ਆਉਂਦਾ ਰਿਹਾ ਹੈ, ਤਾਂ ਜਿਨ੍ਹਾਂ ਸੇਵਾਦਾਰਾਂ ਨੇ ਦੇਖਿਆ ਤੇ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕੁਛ ਅਜਿਹਾ ਕਰ ਸਕਦਾ ਹੈ। ਇਹ ਸ਼ਖਸ ਅੰਦਰ ਵੜਦਾ ਹੈ ਅਤੇ ਫਿਰ ਅਲਮਾਰੀ ਖੋਲ ਕੇ ਸਿੱਧਾ ਗੁਟਕਾ ਸਾਹਿਬ ਫੜਦਾ ਹੈ ਤੇ ਗੁਟਕਾ ਸਾਹਿਬ ਦੇ ਅੰਗ ਪਾੜਨੇ ਸ਼ੁਰੂ ਕਰ ਦਿੰਦਾ ਹੈ। ਦੂਰ ਖੜੇ ਇੱਕ ਸੇਵਾਦਾਰ ਦੇ ਵੱਲੋਂ ਉਸਨੂੰ ਦੇਖ ਲਿਆ ਜਾਂਦਾ ਹੈ ਤੇ ਉੱਥੇ ਕਾਬੂ ਕਰਕੇ ਗੁਰੂ ਘਰ ਦੇ ਦਫ਼ਤਰ ਦੇ ਵਿੱਚ ਲੈ ਜਾਂਦੇ ਨੇ, ਜਿੱਥੇ ਬਾਅਦ ਵਿੱਚ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਹਾਲਾਂਕਿ ਕਰਮਜੀਤ ਦੇ ਵੱਲੋਂ ਅਜਿਹਾ ਕਿਉਂ ਕੀਤਾ ਗਿਆ, ਜੋ ਪਹਿਲਾਂ ਗੁਰੂ ਘਰ ਦੀ ਸੇਵਾ ਕਰਦਾ ਰਿਹਾ ਹੈ, ਮੱਥਾ ਟੇਕਦਾ ਰਿਹਾ, ਤਾਂ ਅਚਾਨਕ ਅਜਿਹਾ ਕੀ ਹੋਇਆ ਕਿ ਉਸਦੇ ਵੱਲੋਂ ਸਿੱਧਾ ਗੁਰੂ ਘਰ ਦੇ ਅੰਦਰ ਦਾਖਲ ਹੋ ਕੇ ਅਲਮਾਰੀ 'ਚ ਗੁਟਕਾ ਸਾਹਿਬ ਕੱਢ ਕੇ ਉਸਦੇ ਅੰਗ ਪਾੜ ਦਿੱਤੇ ਗਏ। ਇਹ ਬੇਦਬੀ ਕਿਉਂ ਕੀਤੀ ਗਈ, ਇਹ ਹਾਲੇ ਤੱਕ ਸਵਾਲ ਬਣਿਆ ਹੋਇਆ ਹੈ, ਜਿਸ ਲਈ ਪੁਲਿਸ ਇਸ ਸ਼ਖਸ ਤੋਂ ਪੁੱਛ ਪੜਤਾਲ ਵੀ ਕਰ ਰਹੀ ਹੈ। ਅੱਛਾ ਜੀ, ਅੱਜ ਤਕਰੀਬਨ 9:15 ਵਜੇ ਦੇ ਇੱਕ ਕਰਮਜੀਤ ਸਿੰਘ ਨਾਮ ਦਾ ਵਿਅਕਤੀ ਜਿਹੜਾ ਉਹ ਅੰਦਰ ਆਉਂਦਾ, ਇਹਦੇ ਬਾਪ ਦਾ ਨਾਂ ਸਰਦਾਰ ਗੁਰਦਿਆਲ ਸਿੰਘ ਆ, ਇਹ ਪਿੱਛੋਂ ਭੁੱਜੀਆਂ ਦੇ ਰਹਿਣ ਵਾਲੇ ਆ ਤੇ ਇਸ ਵਕਤ ਭਗਤ ਜਲਨ ਦਾਸ ਕਲੋਨੀ ਦੇ ਵਿੱਚ ਰਹਿੰਦੇ ਝਬਾਲ। ਇਹਦੇ ਬਾਰੇ ਦੱਸਿਆ ਜਾਂਦਾ, ਕਿਉਂਕਿ ਮੈਨੂੰ ਤਾਂ ਪਤਾ ਨਹੀਂ, ਕਹਿੰਦੇ ਵੀ ਇਹ ਪਹਿਲਾਂ ਵੀ ਆਉਂਦਾ ਸੀ ਤੇ ਲੰਗਰ ਦੇ ਵਿੱਚ ਸੇਵਾ ਕਰਦਾ ਸੀ ਲੰਮੇ ਸਮੇਂ ਤੋਂ ਆਉਂਦਾ ਸੀ, ਪਰ ਅੱਜ ਜਦੋਂ ਇਹ ਅੰਦਰ ਆਇਆ ਦਰਬਾਰ ਦੇ ਅੰਦਰ ਤੇ ਇਹਨੇ ਆਉਂਦਿਆਂ ਸਾਰ ਅਲਮਾਰੀ ਦੇ ਵਿੱਚੋਂ ਗੁਟਕਾ ਸਾਹਿਬ ਲਿਆ, ਗੁਟਕਾ ਸਾਹਿਬ ਲੈ ਕੇ ਉਹਦੇ ਵਿੱਚੋਂ ਜਿਸ ਤਰ੍ਹਾਂ ਆਪਾਂ ਕਹਿ ਲਈਏ ਵੀ ਅਰਦਾਸ ਰਹਿਰਾ ਸਾਹਿਬ ਤੇ ਸੋਹਲਾ ਸਾਹਿਬ ਜੀ ਦੀ ਬਾਣੀ, ਇਸ ਤਰ੍ਹਾਂ 134 ਕੰਗ ਤੋਂ ਲੈ ਕੇ ਤੇ 174 ਤੱਕ ਨਿਤਨੇਮ ਦੀ ਜਾਂ ਹੋਰ ਬਾਣੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਆ, ਉਸ ਗੁਟਕੇ ਦੇ ਵਿੱਚੋਂ ਇਹਦੇ ਅੰਗ ਜਿਹੜੇ ਨੇ ਉਹ ਪਾੜ ਦਿੱਤੇ। ਇਹਦੇ ਅੰਗ ਪਾੜਦਿਆਂ ਹੀ ਸਾਡਾ ਉੱਥੇ ਸੇਵਾਦਾਰ ਮੌਜੂਦ ਸੀ ਭਾਈ ਨਿੰਦਰ ਸਿੰਘ, ਉਹ ਸੇਵਾਦਾਰ ਮੌਜੂਦ ਸੀ, ਉਹਨੇ ਝੱਟ ਦਿੰਦਿਆਂ ਨੂੰ ਫੜ ਲਿਆ ਔਰ ਬਾਅਦ ਵਿੱਚ ਦਫ਼ਤਰ ਲਿਆਂਦਾ। ਇਸ ਵਕਤ ਤੇ ਝਬਾਲ ਥਾਣੇ ਦੇ ਵਿੱਚ ਆ, ਪਹਿਲਾਂ ਤਫਤੀਸ਼ ਕਰਾਈ ਜਾਵੇਗੀ ਵੀ ਜੇ ਪਹਿਲਾਂ ਇਹਨਾਂ ਚਿਰ ਤੋਂ ਸੇਵਾ ਕਰਦਾ ਸੀ ਤੇ ਅੱਜ ਇਹਨੇ ਐਡਾ ਵੱਡਾ ਗੁਨਾਹ ਕੀਤਾ, ਇਹਦੇ ਮਗਰ ਕਿਹਦਾ ਦਿਮਾਗ ਆ ਜਾਂ ਕਿਹਨੇ ਇਹਨੂੰ ਆਖਿਆ। ਭਾਵੇਂ ਕਿ ਗੱਲ ਕੀਤੀ ਜਾਂਦੀ ਆ ਜੀ ਮੈਂਟਲੀ ਤੌਰ ਤੇ, ਪਰ ਹਰ ਬੰਦਾ ਜਿਹੜਾ ਮੈਂਟਲ ਆ ਉਹਨੂੰ ਇਹੀ ਕਿਉਂ ਦਿਖਦਾ ਕਿ ਮੈਂ ਗੁਟਕਾ ਸਾਹਿਬ ਦਾ ਨਿਰਾਦਰ ਕਰਾਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ। ਇਹ ਇੱਕ ਬੜਾ ਹੀ ਸਵਾਲੀਆ ਚਿੰਨ੍ਹ ਆ, ਇਸ ਵਾਸਤੇ ਇਸ ਵਕਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀ ਵੀ ਪਹੁੰਚੇ ਨੇ, ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਸਰਦਾਰ ਸਤਨਾਮ ਸਿੰਘ, ਸਰਦਾਰ ਸਰਬਦਿਆਲ ਸਿੰਘ, ਇਹਨਾਂ ਤੋਂ ਇਲਾਵਾ ਸਾਡੇ ਕੋਲ ਸਤਿਕਾਰ ਕਮੇਟੀ ਦੇ ਜਿਹੜੇ ਨੇ ਵੀਰ ਉਹ ਵੀ ਸਾਰੇ ਪਹੁੰਚੇ ਨੇ। ਸਾਡੀ ਇੱਕੋ ਇੱਕ ਹੀ ਹੈ ਕਿ ਪ੍ਰਸ਼ਾਸਨ ਦੇ ਕੋਲੋਂ ਕਿ ਸਭ ਤੋਂ ਪਹਿਲਾਂ ਤਫਤੀਸ਼ ਕੀਤੀ ਜਾਵੇ, ਇਹ ਦੇਖਿਆ ਜਾਵੇ ਕਿ ਜੇ ਅੱਗੇ ਸੇਵਾ ਕਰਨ ਦੇ ਅੱਜ ਇਹਨੇ ਕੰਮ ਕਿਉਂ ਕੀਤਾ, ਕਿਸੇ ਦਾ ਸਿਖਾਇਆ ਪੜ੍ਹਾਇਆ ਤਾਂ ਨਹੀਂ ਆਉਂਦਾ, ਤਹਿ ਤੱਕ ਜਾਇਆ ਜਾਵੇ ਔਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਪ੍ਰਸ਼ਾਸਨ ਦੇ ਦੁਆਰਾ ਉਹ ਕੀਤੀ ਜਾਵੇ। ਸਵੇਰੇ ਅਸੀਂ ਤਾਂ ਉਦੋਂ ਹੀ ਘਰੋਂ ਸਾਰੇ ਕਾਰੋਬਾਰ ਵਾਲੇ ਸਿੰਘ ਆ ਉਸੇ ਵੇਲੇ ਤੁਰੇ ਹਾਂ, ਪਰ ਸਾਡੇ ਆਉਣ ਤੋਂ ਪਹਿਲਾਂ
ਸਿੰਘਾਂ ਦਾ ਤੇ ਮਾਣ ਇਹ ਸੀਗਾ ਵੀ ਜਦੋਂ ਉੱਥੇ ਜੇ ਬੀੜ ਸਾਹਿਬ ਜਾਂਦਾ, ਅਸੀਂ ਇਹ ਨਹੀਂ ਚਾਹੁੰਦੇ ਕਿ ਮੈਂਜਰ ਸਾਹਿਬ ਤੇ ਜਾਂ ਗ੍ਰੰਥੀ ਸਿੰਘ ਤੇ ਕੋਈ ਕਿਸੇ ਤੇ ਆਵੇ, ਪਰ ਉਹ ਸੰਗਤ ਜਿਹੜੀ ਆਪਣੇ ਸਿਰ ਲੈਣਾ ਚਾਹੁੰਦੀ ਸੀ ਇਹਦਾ ਫੈਸਲਾ, ਜਿਹੜਾ ਇਹਨੂੰ ਸਜ਼ਾ ਉੱਥੇ ਦੇਣੀ ਚਾਹੁੰਦੀ ਸੀ, ਪਰ ਉਦੋਂ ਪਹਿਲਾਂ ਹੀ ਇਹਨਾਂ ਨੂੰ ਇੱਥੇ ਲੈ ਆਉਂਦਾ। ਹੁਣ ਸਿੰਘ ਜਿਹੜੇ ਆ, ਜਿਉਂ ਜਿਉਂ ਪਤਾ ਲੱਗਦਾ ਇਹਦਾ ਇਲਾਕੇ ਦੀ ਜਿਹੜੀ ਸੰਗਤ ਆ ਉਹ ਇੱਥੇ ਪਹੁੰਚ ਰਹੀ ਹੈ। ਇਹਨਾਂ ਕਰਮਜੀਤ ਸਿੰਘ ਨਾਂ ਦਾ ਵਾ ਮੁੰਡਾ, ਅਪਾਹਜ ਵਾ ਲੱਤਾਂ ਤੋਂ, ਤੇ ਇਹ ਪਿੱਛੋਂ ਪਿੰਡ ਭੋਜੀਆਂ ਦਾ ਸੀ ਸਿੰਘ, 30-35 ਸਾਲ ਦੀ ਉਮਰ ਵਾ, ਤੇ ਇਹ ਅੱਗੇ ਵੀ ਕਿਤੇ ਲੰਗਰ ਹਾਲ 'ਚ ਸੇਵਾ ਕਰਦਾ ਸੀ ਉੱਥੇ, ਜੋ ਘਰ ਪਰਿਵਾਰ ਨੇ ਦੱਸਿਆ। ਤੇ ਅੱਜ ਇਹ ਥੋੜ੍ਹੇ ਮੰਦਭਾਗੀ ਘਟਨਾ ਵਾਪਰੀ, ਇਹਨੇ ਉੜਕਾ ਸਾਹਿਬ ਉੱਥੇ ਜਿਹੜੇ ਆਪਣੇ ਪਾਠ ਕਰਨ ਦੀ ਸੰਗਤ ਲਈ ਰੱਖੇ ਹੁੰਦੇ ਆ, ਉਹ ਇਹਨੇ ਫੜ ਕੇ ਦੇ ਵਿੱਚੋਂ ਰਹਿਰਾਸ ਸਾਹਿਬ ਦੇ ਅੰਗ ਪਾਠ ਦੇ ਵਿੱਚ ਪਰਚਾ ਦੇ ਦਿੱਤਾ ਜੀ। 295 ਦੇ ਤਹਿਤ ਗ੍ਰਿਫਤਾਰ ਕਰ ਲਿਆ। 295 ਸਰ।